ਪੰਜਾਬੀ ਰੇਡੀਓ ਯੂਐਸਐਸ ਉੱਤੇ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਯੋਗ ਸਰੋਤਿਆਂ ਪਿਆਰ ਸਤਿਕਾਰ ਸਨ ਕੀ ਜੀ ਸਤ ਸ੍ਰੀ ਅਕਾਲ ਸਭ ਨੂੰ ਜੀ ਹਣ ਵਕਤ ਇਹ ਸਤਿ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਕਾ ਸਵਾਗਤ ਹੈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਵਕਤ ਦੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਐਨ ਨੂੰ ਸਵਾਗਤ ਹੈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਧੰਨਵਾਦ ਜੀ ਐਨ ਨੂੰ ਪੰਜਾਬੀ ਰੇਡੀਓ ਯੂਐਸਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀ ਜੀ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਪਹੁੰਚ ਸਤਿ ਸ਼ਕਾਲ শ্রোਤੋ ਅੱਜ ਨਵੰਬਰ ਦੀ 20 ਤਰੀਕ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਐਸਮੋਕ ਕੇ ਕਵਰ ਕੈਲੀਫੋਰਨੀਆ ਓਬਾਮਾ ਕੇ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਅਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ ਉਸ ਤੇ ਬਾਰੇ ਜਾਣਕਾਰੀ ਲਈ ਕਾਲ 408 272 2500 ਦੇ ਉੱਤੇ ਨਾਲ ਹੀ ਅਮਰਜੀਤ ਸਿੰਘ ਫਰੇਜ਼ਨੋ ਰਾਜਪਾਲ ਸਿੰਘ ਕੁਲਵੰਤ ਸਿੰਘ ਲੈਚਰ ਬੇਕਰਸਫੀਲਡ ਅਵਤਾਰ ਸਿੰਘ ਮੰਜਲ ਕਲੋਵਿਸ ਮਨਜੀਤ ਸਿੰਘ ਫਰੀਮੌਂਟ ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਮਰਜੀਤ ਸਿੰਘ ਜਸਵਿੰਦਰ ਕੌਰ ਵਰਕਰ ਹਿਊਸਟਨ ਟੈਕਸਸ ਸੰਧੂ ਪਰਿਵਾਰ ਫਰੀਮੌਂਟ ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ ਦਰਸ਼ਨ ਸਿੰਘ ਕੰਗ ਯੂ ਬਸਿਟੀ ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ کاروبار ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ 408 722 76 98 ਦੇ ਉੱਤੇ ਜੀ ਸਭ ਤੋਂ ਪਹਿਲੀ ਖਬਰ ਵਾਲੀ ਇਹ ਅੱਜ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਮੁੰਡਾ ਹੈਗਾ ਡੋਨਲਡ ਟਰੰਪ ਉਹ ਕੋਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ ਸਭ ਤੋਂ ਪਹਿਲਾਂ ਇਹ ਬਲੂਮਬਰਗਸ ਜਿਹੜੀ ਆ ਉਹਨਾਂ ਨੇ ਨਿਊਜ਼ ਕੱਢੀ ਸੀ ਹੁਣ ਇਹ ਪਤਾ ਲੱਗਾ ਵੀ ਉਹ ਸੋਮਵਾਰ ਨੂੰ ਜਿਹੜੇ ਆ ਪੋਜ਼ਿਟਿਵ ਟੈਸਟ ਪਾਏ ਗਏ ਹੈਗੇ ਆ ਤੇ ਉਹ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਗਰਲਫ੍ਰੈਂਡ ਆ ਕਿੰਬਰਲੀ ਗੋਲਫ ਔਇਲ ਉਹ ਵੀ ਜਿਹੜੀ ਆ ਪੋਜ਼ਿਟਿਵ ਪਾਈ ਗਈ ਹੈਗੀ ਆ ਜਿਹ ਬਿਲਕੁਲ ਕਹਿੰਦੇ ਐਸ ਟਾਈਮ ਉਹ ਆਈਸੋਲੇਸ਼ਨ ਦੇ ਵਿੱਚ ਜਿਹੜੇ ਉਹ ਰਹਿ ਰਹੇ ਨੇ ਡੋਨਲਡ ਟਰੰਪ ਜੂਨੀਅਰ ਜਿਹੜਾ ਉਹਨਾਂ ਦਾ ਰਾਸ਼ਟਰਪਤੀ ਦਾ ਸਭ ਤੋਂ ਵੱਡਾ ਜਿਹੜਾ ਇਹ ਮੁੰਡਾ ਆ ਸੋ ਉਹਨਾਂ ਦੇ ਜਿਹੜੇ ਸਪੋਕਸਪੀਨ ਆ ਉਹਨਾਂ ਨੇ ਇਸ ਦੀ ਜਿਹੜੀ ਪੁਸ਼ਟੀ ਆ ਹੋ ਕੀਤੀ ਆ ਉਧਰ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੇ ਵਿੱਚ ਹੀ ਜਿਹੜੇ ਬੈਨ ਕਾਰਸਨ ਆ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੇ ਸਕਟਰ ਹੱਡ ਦੇ ਉਹ ਵੀ ਕਰੋਨਾ ਵਾਇਰਸ ਪੋਜ਼ਿਟਿਵ ਆਏ ਸੀ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਬਹੁਤ ਜ਼ਿਆਦਾ ਸਿੱਖ ਸੀਗੇ कोरोना वायरस ਦੇ ਨਾਲ ਤੇ ਉਹਨਾਂ ਨੇ ਐਂਟੀਬਾਡੀ ਥੈਰੇਪੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਆ ਇਹ ਸੇਮ ਹੀ ਥੈਰੇਪੀ ਆ ਜਿਹੜੀ ਰਾਸ਼ਪਤੀ 트ੰਪ ਨੂੰ ਦਿੱਤੀ ਗਈ ਸੀ ਜਦੋਂ ਉਹ ਪੋਜ਼ਿਟਿਵ ਜਿਹੜੇ ਉਹ ਆਏ ਸੀਗੇ ਸੋ ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਮੈਂ ਆਊਟ ਆਫ ਦਾ ਵੂਡਸ ਆ ਸੋ ਬੇਸਿਕਲੀ ਖਤਰੇ ਤੋਂ ਜਿਹੜੇ ਉਹ ਬਾਹਰ ਆ ਉਹ ਹੈਗੇ ਨੇ ਇਹ ਜਿਹੜਾ ਉਹਨਾਂ ਨੇ ਆਪਣੀ ਫੇਸਬੁੱਕ ਦੇ ਇੱਕ ਪੋਸਟ ਦੇ ਵਿੱਚ ਦੱਸਿਆ ਹੈ ਖੁਦ ਇੱਕ ਰਿਟਾਇਰਡ ਨਿਊਰੋ ਸਰਜਨ ਹੈਗੇ ਨੇ ਤੇ ਵਾਈਟ ਹਾਊਸ ਦੀ ਕੋਰੋਨਾ ਵਾਇਰਲ ਟਾਸਕ ਫੋਰਸ ਦੇ ਇਹ ਮੈਂਬਰ ਵੀ ਦੈਨ 9 ਨਵੰਬਰ ਨੂੰ ਇਹਨਾਂ ਦਾ ਕਰੋਨਾ ਵਾਇਰਸ ਦਾ ਟੈਸਟ ਪੋਜ਼ਿਟਿਵ ਆਇਆ ਸੀ ਸੋ ਰਾਸ਼ਪਤੀ ਦੇ ਨਾਲ ਨਾਲ ਉਹਨਾਂ ਦੇ ਇਰਤ ਗਿਰ ਦੇ ਇਨਰ ਸਰਕਲ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਰੋਨਾ ਵਾਇਰਸ ਪੋਜ਼ਿਟਿਵ ਆ ਉਹ ਰਿਆ ਹੈਗਾ ਚਲੋ ਚੰਗੀ ਗੱਲ ਇਹ ਰਹੀ ਆ ਵੀ ਸਾਰੇ ਜਾਣੇ ਜਿਹੜੇ ਉਹ ਭਲੇ ਚੰਗੇ ਹੋ ਕੇ ਵਾਪਸ ਜਿਹੜੇ ਆ ਉਹ ਕਮਾਕਾਰਾਂ ਤੇ ਪਹੁੰਚੇ ਨੇ ਜੀ ਅਗਲੀ ਖ਼ਬਰ ਚੱਲਦੀ ਹੈ ਜਿਹੜੀ ਜਾਰਜੀਆ ਸਟੇਟ ਆ ਆਲਰੇਡੀ ਕਨਫਰਮ ਹੋ ਗਈ ਆ ਵੀ ਜੋ ਬਾਈਡਨ ਉਹਨਾਂ ਨੂੰ ਗਈ ਆ 16 ਇਲੈਕਟਰੋਲ ਜਿਹੜੀਆਂ ਵੋਟਾਂ ਹੈਗੀਆਂ ਉਹ ਜੋ ਬਾਈਡਨ ਉਹਨਾਂ ਨੂੰ ਚਲੇ ਗਈਆਂ ਦੁਆਰਾ ਕਿ ਜਿਹੜੀ ਰੀਕਾਊਂਟ ਹੋਈ ਆ ਉਹਦੇ ਵਿੱਚ ਥੋੜਾ ਜਿਹਾ ਫਰਕ ਪਾਇਆ ਗਿਆ ਸੀ ਪਰ ਸਟਿਲ 12284 ਵੋਟਾਂ ਦੇ ਫਰਕ ਦੇ ਨਾਲ ਉਹ ਰੈਜ਼ੀਡੈਂਟ ਡੋਨਲਡ ਟਰੰਪ ਤੋਂ ਅੱਗੇ ਰਹੇ ਹੈਗੇ ਆ ਤੇ ਹੁਣ ਕਹਿੰਦੇ ਜਿਹੜੇ ਗਵਰਨਰ ਆ ਉਹ ਕੱਲ ਦੁਪਹਿਰ ਤੱਕ ਸਿਗਨੇਚਰ ਕਰਕੇ ਕਨਫਰਮ ਕਰ ਦੇਣਗੇ ਜੀ ਸੋ ਜਿਹੜਾ ਰੋਲਾ ਸੀਗਾ ਵੀ ਉੱਥੇ ਵਾਈਟਸਪਰੈਡ ਵੋਟਰ ਫਰਾਡ ਹੋਇਆ ਹੈ ਉਦਾਂ ਦੀ ਕੋਈ ਵੀ ਗੱਲ ਇਸ ਹੈਂਡ ਕਾਊਂਟ ਦੇ ਵਿੱਚ ਆਡਿਟ ਦੇ ਵਿੱਚ ਜਿਹੜੀ ਉਹ ਨਹੀਂ ਲੱਭੀ 5000 ਦੇ ਵੋਟਾਂ ਜਿਹੜੀਆਂ ਉਹ ਗਿਣਨੋ ਜਿਹੜੀਆਂ ਉਹ ਰਹਿ ਗਈਆਂ ਸੀ ਉਹ ਜਿਹੜੀਆਂ ਜ਼ਰੂਰ ਜਿਹੜੀਆਂ ਗਈਆਂ ਜਿਸ ਦੇ ਨਾਲ ਜਿਹੜਾ ਜਿੱਤਣ ਦਾ ਫਰਕ ਆ ਉਹ ਜੋ ਬਾਇਦੰਦਾ ਥੋੜਾ ਜਿਹਾ ਜਿਹੜਾ ਉਹ ਘਟਿਆ ਸੀਗਾ ਪਰ ਫਿਰ ਵੀ 12000 ਵੋਟ ਦੇ ਨਾਲ ਉਹਨਾਂ ਦੀ ਜਿੱਤ ਉੱਥੇ ਹੋਈ ਆ ਉਧਰ ਮਿਸ਼ੀਗਨ ਦੇ ਜਿਹੜੇ ਕੁਛ ਸੈਨੀਟਰਸ ਤੇ ਜੀਓਪੀ ਦੇ ਜਿਹੜੇ ਮੈਂਬਰਸ ਆ ਅੱਜ ਵਾਈਟ ਹਾਊਸ ਦੇ ਵਿੱਚ ਜਿਹੜੇ ਉਹ ਮਿਲੇ ਆ ਰਾਸ਼ਟਰਪਤੀ ਨੂੰ ਮਿਸ਼ੀਗਨ ਦੇ ਫੈਸਲੇ ਦੇ ਉੱਤੇ ਵੀ ਜਿਹੜੀ ਸਰਟੀਫਾਈ ਹੋਣ ਨੂੰ ਲੈ ਕੇ ਕਾਫੀ ਜਿਹੜਾ ਆ ਉਹ ਰੌਲਾ ਰੱਪਾ ਪੈ ਰਿਹਾ ਇਸ ਦੇ ਉੱਤੇ ਜਿਹੜੇ ਸਿਟਿੰਗ ਸੈਨੇਟਰ ਮਿਟ ਰੋਮਨੀਆ ਯੂਟਾ ਤੋਂ ਉਹਨਾਂ ਨੇ ਟਿੱਪਣੀ ਕੀਤੀ ਹੈ ਕਹਿੰਦੇ ਵੀ ਜੋ ਇਸ ਟਾਈਮ ਰਾਸ਼ਪਤੀ ਟਰੰਪ ਕਰ ਰਹੇ ਆ ਇਹ ਬਹੁਤ ਗਲਤ ਆ ਇਦਾਂ ਦੀ ਜਿਹੜੇ ਇੱਕ ਸਿਟਿੰਗ ਪ੍ਰੈਜ਼ੀਡੈਂਟ ਦੇ ਦੁਆਰਾ ਕਿਤੇ ਜਾਣਾ ਉਹ ਬਹੁਤ ਹੀ ਮੰਦਭਾਗੀ ਜਿਹੜੀ ਉਹ ਗੱਲ ਆ ਤੇ ਉਹਨਾਂ ਨੇ ਬਾਕੀਆਂ ਨੂੰ ਕਿਹਾ ਵੀ ਇਸ ਚੀਜ਼ ਦੇ ਖਿਲਾਫ ਤੁਹਾਨੂੰ ਸਾਰਿਆਂ ਨੂੰ ਬੋਲਣ ਦੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ ਉਧਰ ਜੇ ਦੱਸਦੇ ਜਾਈਏ ਰਾਸ਼ਪਤੀ 트াম্প ਦੀ ਜਿਹੜੇ ਬਾਈਡਨ ਦੀ ਜਿੱਤ ਨੂੰ ਓਵਰਟਰਨ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਐਫਰਟ ਹੈਗਾ ਆ ਇਹਨਾਂ ਬੈਟਲ ਗਰਾਉਂਡ ਸਟੇਟਸ ਦੇ ਵਿੱਚ ਉਹਨਾਂ ਵਿੱਚ ਕਹਿ ਸਕਦੇ ਆਂ ਵੀ ਉਹਨਾਂ ਨੂੰ ਹਾਰ ਮਿਲੀ ਆ ਇੱਕ ਤਾਂ ਜਿਹੜਾ ਜਾਰਜੀਆ ਦਾ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਵੀ ਸਰਟੀਫਾਈ ਉਹਨਾਂ ਨੇ ਕਰ ਦਿੱਤਾ ਤੇ ਜਿਹੜੇ ਮਿਸ਼ੀਗਨ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੀ ਇਹੀ ਜਿਹੜੇ ਇਸ਼ਾਰੇ ਕੀਤੇ ਆ ਵੀ ਰਾਸ਼ਪਤੀ 트াম্প ਜਾਂ 트াম্প ਕੈਂਪੇਨ ਦੇ ਦੁਆਰਾ ਇਦਾਂ ਦਾ ਕੋਈ ਵੀ ਉਹਨਾਂ ਨੂੰ ਐਵੀਡੈਂਸ ਤੱਥ ਜਿਹੜੇ ਆ ਉਹ ਪੇਸ਼ ਨਹੀਂ ਕੀਤੇ ਗਏ ਜਿਹੜਾ ਲੱਗੇ ਵੀ ਬਾਈਡਨ ਦੀ ਜਿਹੜੀ ਜਿੱਤ ਆ ਉੱਥੇ ਉਸ ਨੂੰ ਤਬਦੀਲ ਕਰਕੇ ਜਿਹੜੇ ਰਾਸ਼ਪਤੀ 트ੰਪ ਆ ਉਹ ਜਿੱਤ ਸਕਦੇ ਨੇ ਸੋ ਕਹਿੰਦੇ ਵੀ ਅਸੀਂ ਲਾ ਨੂੰ ਫਾਲੋ ਕਰਾਂਗੇ ਨਾਰਮਲ ਪ੍ਰੋਸੈਸ ਜਿਹੜਾ ਮਿਸ਼ੀਗਨ ਦੇ ਇਲੈਕਟਰੋਲਸ ਦਾ ਜਿਹੜਾ ਹੈਗਾ ਆ ਉਸ ਨੂੰ ਜਿਹੜਾ ਉਹ ਵਰਤਿਆ ਜਾਵੇਗਾ ਇਸ ਮਿਸ਼ੀਗਨ ਦੇ ਜਿਹੜੇ ਸੈਨੇਟਰ ਦੇ ਮੈਜੋਰਟੀ ਲੀਡਰ ਮਾਈਕ ਸ਼ਰਕੀ ਜਿਹੜੇ ਆ ਤੇ ਸਪੀਕਰ ਜਿਹੜੇ ਹਾਊਸ ਦੇ ਨੇ ਲੀ ਚੈਟਫੀਲਡ ਉਹਨਾਂ ਨੇ ਇੱਕ ਸਾਂਝੇ ਸਟੇਟਮੈਂਟ ਦੇ ਵਿੱਚ ਇਹ ਦੱਸਿਆ ਹੈਗਾ ਜੀ ਦੂਸਰੇ ਪਾਸੇ ਕਹਿੰਦੇ ਭਈ ਪ੍ਰੈਜ਼ੀਡੈਂਟ ਡੋਨਲਡ ਇਲੈਕਟ ਸੌਰੀ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਇਮੀਡੀਏਟਲੀ ਐਮਰਜੈਂਸੀ ਕੋਵਿਡ-19 ਏਡ ਚਾਹੁੰਦੇ ਹੈਗੇ ਆ ਉਹਨੋਂ ਕਿਸੇ ਤਰ੍ਹਾਂ ਦੀ ਡਿਲੇ ਨਹੀਂ ਚਾਹੁੰਦੇ ਤਾਂ ਕਿ ਜਿਹੜਾ ਆ ਕਰੋਨਾ ਵਾਇਰਸ ਤੋਂ ਇਮੀਡੀਏਟਲੀ ਜਿਹੜਾ ਆ ਕੰਟਰੋਲ ਕੀਤਾ ਜਾ ਸਕੇ ਤਾਂ ਕਿ ਉਹ ਜਿਹੜਾ ਚਾਰਜ ਹੈ ਉਹ ਛੇਤੀ ਤੋਂ ਛੇਤੀ ਲੈ ਲੈਣ ਤੇ ਉਸ ਤੋਂ ਬਾਅਦ ਜਿਹੜਾ ਆ ਕਰੋਨਾ ਦੇ ਉੱਤੇ ਫੋਕਸ ਕਰਨ ਅੱਜ ਉਹ ਹਾਊਸ ਸਪੀਕਰ ਨੈਂਸੀ ਪਲੋਸੀ ਤੇ ਸੈਨੇਟਰ ਡੈਮੋਕ੍ਰੈਟਿਕ ਲੀਡਰ ਜਿਹੜੇ ਚੱਕ ਸ਼ੂਮਰ ਉਹਨਾਂ ਦੇ ਨਾਲ ਵੀ ਮਿਲੇ ਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਵੀ ਸੀਗੇ ਸੋ ਤਿੰਨਾਂ ਜਾਣਿਆਂ ਨੇ ਕਹਿੰਦੇ ਮਾਸਕ ਵਗੈਰਾ ਪਾਏ ਹੋਏ ਸੀ ਤੇ ਰਾਉਂਡ ਟੇਬਲ ਉਹਨਾਂ ਨੇ ਮੀਟਿੰਗ ਕੀਤੀ ਹੈਗੀ ਆ ਮੀਡੀਆ ਦੇ ਨਾਲ ਇਹ ਕਹਿੰਦੇ ਵੀ ਅਸੀਂ ਇਸੇ ਤਰ੍ਹਾਂ ਜਿਹੜੇ ਆ ਮੀਡੀਆ ਦੇ ਨਾਲ ਮਿਲਦੇ ਰਹਾਂਗੇ ਜੀ wisconsin ਦੀ ਜਿਹੜੀ milwaukee ਤੇ dane county ਇਹਨਾਂ ਦੇ ਵਿੱਚ ਜਿਹੜੀ ਦੁਬਾਰਾ ਗਿਣਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਕਹਿੰਦੇ ਵੀ ਸ਼ੁਰੂ ਹੋਊਗੀ ਅੱਜ ਤੋਂ ਇਨਫੈਕਟ ਜਿਹੜੀ ਕਹਿੰਦੇ ਸ਼ੁਰੂ ਹੋ ਚੁੱਕੀ ਆ 트럼ਪ ਕੈਂਪੇਨ ਦੇ ਦੁਆਰਾ 3 ਮਿਲੀਅਨ ਡਾਲਰ ਜਿਹੜਾ ਵਾਇਰ ਟ੍ਰਾਂਸਫਰ ਇਹਨਾਂ ਜਿਹੜੀ wisconsin ਦੀ ਇਲੈਕਸ਼ਨ ਕਮੇਟੀ ਕਹ ਲਓ ਜਾਂ ਉਹਨਾਂ ਦਾ ਜਿਹੜਾ ਹੈਗਾ ਮੇਨ ਉੱਥੇ ਕੱਲਿਆ ਗਿਆ ਸੀਗਾ ਇਹ ਰੀਕਾਊਂਟ ਕਰਨ ਦੇ ਲਈ wisconsin ਦੇ ਵਿੱਚ ਬਾਈਡਨ ਜਿਹੜਾ ਆ 트럼ਪ ਨਾਲ ਦੇ ਨਾਲੋਂ 20600 ਵੋਟ ਦੇ ਨਾਲ ਅੱਗੇ ਜਿਹੜਾ ਉਹ ਚੱਲ ਰਿਹਾ ਆ ਮਿਸ਼ੀਗਨ ਦਾ ਜਿਹੜਾ ਆਪਾਂ ਹਰਜੋਤ ਸਿੰਘ ਜੀ ਦੱਸਿਆ ਸੀ ਉਥੇ 1 ਲੱਖ ਤੋਂ ਵੱਧ ਵੋਟ ਦਾ ਜਿਹੜਾ ਉਹ ਫਰਕ ਹੈਗਾ ਜਿਹੜਾ ਕਿ ਬਾਈਡਨ ਉਥੇ ਜਿੱਤਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈਗਾ ਆ ਉਧਰ ਅ ਅਰੀਜ਼ੋਨਾ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਜਿਹੜੀ ਕੋਈ ਕਹਿ ਸਕਦੇ ਆ ਵੀ ਅਦਾਲਤ ਦੇ ਵਿੱਚ ਬਹੁਤਾ ਅਸਰ ਜਿਹੜਾ ਉਹ ਨਹੀਂ ਮਿਲਿਆ ਅਰੀਜ਼ੋਨਾ ਵਾਲੇ ਨੇ ਵੀ ਇਹੀ ਜਿਹੜੀ ਗਿਣਤੀ ਆ ਉਸ ਨੂੰ ਜਿਹੜੇ ਨਤੀਜਿਆਂ ਨੂੰ ਜਿਹੜਾ ਅਦਾਲਤ ਵਿੱਚ ਗਏ ਸੀਗੇ 트럼ਪ ਕੈਂਪੇਨ ਵੀ ਬਾਅਦ ਸੈਟ ਦਿੱਤਾ ਜਾਵੇ ਇਹਨਾਂ ਨੂੰ ਨਾਮ ਮੰਨਿਆ ਜਾਵੇ ਉਸ ਗੱਲ ਨੂੰ ਜਿਹੜਾ ਐਰੀਜ਼ੋਨਾ ਦੀ ਅਦਾਲਤ ਨੇ ਨਾਮਨਜ਼ੂਰ ਕਰ ਦਿੱਤਾ ਹੈਗਾ ਆ ਜੀ ਅਗਲੀ ਖਬਰ ਵੱਲ ਚਲੀਏ ਜਿਹੜੇ ਟ੍ਰੇਜਰੀ ਸੈਕਟਰੀ ਹੈਗੇ ਸਟੀਵਨ ਮਨੂਚਨ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਬਹੁਤ ਸਾਰਾ ਭੁਲੇਖਾ ਹੈਗਾ ਆ ਖਾਸ ਕਰਕੇ ਫੈਡਰਲ ਫੰਡਿੰਗ ਡਿਸੀਜਨ ਦੇ ਦੇ ਸੰਬੰਧ ਦੇ ਵਿੱਚ ਟ੍ਰੇਜਰੀ ਸੈਕਟਰੀ ਸਟੀਵਨ ਮਨੂਚਨ ਆ ਉਹਨਾਂ ਨੇ ਇਹ ਕਿਹਾ ਹੈ ਬਈ ਹਜੇ ਤੱਕ ਅਸੀਂ ਇਹ ਆਪਣਾ ਜਿਹੜਾ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਵੀ ਜਿਹੜੀ ਆ ਫੰਡਿੰਗ ਜਿਹੜੀ ਆ ਉਹ ਨਹੀਂ ਐਕਸਟੈਂਡ ਕਰਨੀ ਹੈਗੀ ਪਰ ਕਹਿੰਦੇ ਬੜੀ ਸਿੰਪਲ ਚੀਜ਼ ਹੈਗੀ ਆ ਜੇ ਫਿਊਚਰ ਦੇ ਵਿੱਚ ਫੰਡਿੰਗ ਦੀ ਜ਼ਰੂਰਤ ਹੋਊਗੀ ਤੇ ਆਪਾਂ ਇਮੀਡੀਏਟਲੀ ਜਿਹੜੀ ਉਹ ਫੰਡਿੰਗ ਕਰ ਸਕਦੇ ਹੈਗੇ ਆ ਕਹਿੰਦੇ ਬਈ ਇਹ ਪੋਲੀਟੀਕਲ ਇਸ਼ੂ ਨਹੀਂ ਹੈਗਾ ਤੇ ਇਹ ਜਿਹੜਾ ਰਿਸਪਾਂਸ ਆ ਉਹ ਇੱਕ ਤੁਹ ਤੁਸੀਂ ਦੇਖ ਸੁਣਿਆ ਹੋਣਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਫੈਡ ਦੇ ਨਾਲ ਡਿਸਐਗਰੀਮੈਂਟ ਚੱਲ ਰਿਹਾ ਹੈ ਸਟ੍ਰੇਅਰ ਸਕੱਟਰੀ ਦਾ ਉਸ ਨੂੰ ਲੈ ਕੇ ਜਿਹੜੇ ਉਹਨੇ ਬਿਆਨ ਦਿੱਤੇ ਆ ਜੀ ਸੋ ਫੈਡ ਦੀ ਜਿਹੜੀ ਐਮਰਜੈਂਸੀ ਲੈਂਡਿੰਗ ਪ੍ਰੋਗਰਾਮ ਆ ਉਹ 31 ਦਸੰਬਰ ਨੂੰ ਐਕਸਪਾਇਰ ਹੋਣ ਜਾ ਰਹੇ ਉਹਨਾਂ ਦੀ ਮਿਆਦ ਮੁੱਕਣ ਵਾਲੀ ਆ ਤੇ ਇਹਨਾਂ ਨੇ ਸਟੀਵਨ ਮੂਚਨ ਹੋਣਾ ਨੇ ਕਿਹਾ ਆ ਵੀ ਲਾ ਦੇ ਤਹਿਤ ਅਸੀਂ ਜਿਹੜਾ ਇਸ ਨੂੰ ਅਜੇ ਹਾਲ ਦੀ ਘੜੀ ਅੱਗੇ ਵਧਾਉਣ ਤੋਂ ਰੋਕ ਰਹੇ ਹੈਗੇ ਆ ਪਰ ਕਹਿੰਦੇ ਜੇ ਇਹਨਾਂ ਪ੍ਰੋਗਰਾਮਸ ਦੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤ ਰਹੂਗੀ ਤਾਂ ਜਲਦ ਹੀ ਇਹਨਾਂ ਨੂੰ ਮੁੜ ਚਾਲੂ ਕਰਕੇ ਜਿਹੜਾ ਜਿਹਦੀ ਫੰਡਿੰਗ ਦੀ ਐਮਰਜੈਂਸੀ ਫੰਡਿੰਗ ਦੀ ਜ਼ਰੂਰਤ ਹੋਊਗੀ ਉਹ ਉਹਨਾਂ ਨੂੰ ਦਿੱਤੀ ਜਾ ਸਕਦੀ ਹੈਗੀ ਆ ਸੋ ਇਹ ਜਿਹੜੇ ਆ ਉਹ ਦੇਖਦੇ ਆ ਵੀ ਕੀ ਬਣਦਾ ਹੈ ਵੀ ਹੋ ਸਕਦਾ ਵੀ ਜਿਹੜਾ ਬਾਇਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਜਿਹੜਾ ਕੋਈ ਆਊਗਾ ਸਖਤਰ ਸਟੀਵਨ ਅਜਨ ਮਨੁਚਨ ਵਾਲੇ ਅਹੁਦੇ ਦੇ ਉੱਤੇ ਉਸ ਨੂੰ ਜਿਹੜਾ ਦੁਬਾਰਾ ਰਿਵਾਈਵ ਜਿਹੜਾ ਉਹ ਕਰ ਸਕਦਾ ਹੈਗਾ ਸੋ 让我们 ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਪਰ ਇਸ ਨੂੰ ਲੈ ਕੇ ਜਿਹੜਾ ਵਿਵਾਦ ਆ ਇੱਕ ਵਾਰ ਫਿਰ ਹੋਇਆ ਸੀ ਵੀ ਇਹ ਜਾਣਬੁੱਝ ਕੇ ਪੈਡਰੋਲ ਐਮਰਜੈਂਸੀ ਫੰਡਿੰਗ ਨੂੰ ਪੋਲਿਟੀਕਲ ਕੈਲੋ ਵੀ ਮੁੱਦੇ ਬਣਾ ਕੇ ਜਿਹੜਾ ਇਸ ਨੂੰ ਰੋਕਿਆ ਜਾ ਰਿਹਾ ਹੈਗਾ ਆ ਉਧਰ ਕੈਲੀਫੋਰਨੀਆ ਸਟੇਟ ਦੇ ਸਬੰਧ ਦੇ ਵਿੱਚ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸੈਟਰ ਜੂਪਾ ਕਾਉਂਟੀ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਗਿਣਤੀ ਜਿਹੜੀ ਲੋਕਾਂ ਦੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ ਪੰਜਾਬੀਆਂ ਦੀ ਗਿਣਤੀ 40 45% ਹੋ ਰਹੀ ਆ ਸਵੇਰੇ ਡਾਕਟਰ ਕੰਗ ਨੇ ਕਾਫੀ ਜਿਹੜਾ ਡਿਟੇਲ ਚ ਦੱਸਿਆ ਸੀ ਕਿ ਕੀ ਕੀ ਕਰਨਾ ਚਾਹੀਦਾ ਸੋ ਸਟੇਟ ਆਫ ਕੈਲੀਫੋਰਨੀਆ ਨੇ 94% ਪੋਪੂਲੇਸ਼ਨ 41 ਕਾਉਂਟੀਜ਼ ਦੇ ਵਿੱਚ ਜਿਹੜਾ ਕਰਫਿਊ ਲਾਣ ਜਾ ਰਹੇ ਆ ਉਹ ਸ਼ਨੀਵਾਰ ਸ਼ਾਮ ਨੂੰ 10 ਵਜੇ ਤੋਂ ਲੈ ਕੇ ਜਿਹੜਾ ਸਵੇਰ ਦੇ 5 ਵਜੇ ਤਾਈਂ ਤੇ 21 ਦਸੰਬਰ ਤਾਈਂ ਲਾਗੂ ਰਹੂਗਾ ਪਰ ਦੂਸਰੇ ਪਾਸੇ ਬਹੁਤ ਸਾਰੀਆਂ ਜਿਹੜੀ ਕਾਉਂਟੀਜ਼ ਆ ਉਹ ਕਹਿੰਦੇ ਵੀ ਅਸੀਂ ਨਹੀਂ ਇਹਦੇ ਉੱਤੇ ਲਾਗੂ ਕਰਨਾ ਪ੍ਰਿਜ਼ਨੋ ਮਰਸਡ ਮਡੇਰਾ ਵੈਸੇ ਲੀਆ ਕਿੰਗਸ ਕਾਉਂਟੀ ਕਹਿੰਦੇ ਆ ਵੀ ਅਸੀਂ ਕਰਫਿਊ ਨਹੀਂ ਇਨਫੋਰਸ ਕਰਾਂਗੇ ਇਸੇ ਤਰ੍ਹਾਂ ਫ੍ਰਿਜਨੋ ਦੇ ਸ਼ੈਰਫ ਮਾਰਗਰੇਟ ਮਿਮਸ ਉਹ ਵੀ ਕਹਿੰਦੀ ਆ ਪਈ ਅਸੀਂ ਆਪਣੇ ਰੈਜ਼ਿਡੈਂਸ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ ਸਾਡੇ ਕੋਲ ਹੋਰ ਬਹੁਤ ਸਾਰੇ ਕੰਮ ਹੈਗੇ ਆ ਕਿਸ ਤਰ੍ਹਾਂ ਜਿਹੜੇ ਗੈਂਗ ਮੈਂਬਰਸ ਆ ਉਹਨਾਂ ਤੋਂ ਗਨਸ ਖੋਣੀਆਂ ਹੈਗੀਆਂ ਕਿਸ ਤਰ੍ਹਾਂ ਜਿਹੜੀ ਆ ਡਰੱਗ ਟਰੈਫਿਕਿੰਗ ਆ ਉਸ ਨੂੰ ਰੋਕਣਾ ਹੈ ਕਿਸ ਤਰ੍ਹਾਂ ਜਿਹੜੇ ਪ੍ਰੇਡੇਟਰਸ ਹੈਗੇ ਆ ਉਹਨਾਂ ਤੋਂ ਬੱਚਿਆਂ ਨੂੰ ਬਚਾਉਣਾ ਹੈਗਾ ਹੂੰ ਜੀ ਜੀ ਬਿਲਕੁਲ ਸੋ ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਇਨਫੋਰਸ ਜਿਹੜਾ ਉਹ ਨਹੀਂ ਕਰਾਂਗੇ ਕਿੰਨੇ ਵੀ ਲਾ ਬਾਈਡਿੰਗ ਸਿਟੀਜ਼ਨ ਨੂੰ ਇੱਕ ਇੰਨੀਆਂ ਛੋਟੀਆਂ ਚੀਜ਼ਾਂ ਦੇ ਕਰਕੇ ਅਸੀਂ ਕ੍ਰਿਮੀਨਲ ਜਿਹੜਾ ਆ ਉਹ ਨਹੀਂ ਬਣਾਉਣਾ ਚਾਹੁੰਦੇ ਸੋ ਬਹੁਤੇ ਲੋਕਾਂ ਨੇ ਇਹ ਕਰਫਿਊ ਦੇ ਜਿਹੜੇ ਆ ਉਹ ਹਮਾਇਤ ਜਿਹੜੀ ਉਹ ਨਹੀਂ ਕੀਤੀ ਆ ਇਹ ਆ ਵੀ ਕਹਿੰਦੇ ਵੀ ਐਡਵਾਈਜ਼ਰੀ ਵਗੈਰਾ ਜਿਹੜੀ ਉਹ ਜਾਰੀ ਕਰ ਸਕਦੇ ਵੀ ਨਾ ਮਿਲੋ ਇਦਾਂ ਨਾ ਕਰੋ ਪਰ ਕਰਫਿਊ ਹੋਣਾ ਇਹ ਕਹਿੰਦੇ ਵੀ ਹਾਸੋ ਹੀਣੇ ਵਾਲੀ ਗੱਲ ਵੀ ਲੱਗਦੀ ਆ ਵੀ ਰਾਤ ਨੂੰ ਜਿਹੜਾ 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਿ ਕੀ ਜਿਹੜਾ ਕਰੋਨਾ ਵਾਇਰਸ ਆ ਬਾਹਰ ਨਿਕਲਦਾ ਆ ਕਿ ਉਸ ਤੋਂ ਬਾਅਦ ਦੇ ਵਿੱਚ ਬਾਕੀ ਸਮਾਂ ਨਹੀਂ ਆ ਪਰ ਦੂਜੇ ਪਾਸੇ ਫਿਰ ਕਹਿੰਦੇ ਆ ਵੀ ਨਹੀਂ ਬਾਕੀ ਟਾਈਮ ਤੇ ਹੁਣ ਕੰਮ ਵੀ ਕਰਨਾ ਪਰ ਜਿਹੜੀ ਚੀਜ਼ ਨੂੰ ਜਿੰਨਾ ਕੁ ਰੋਕ ਸਕਦੇ ਆ ਉਸ ਨੂੰ ਜਿਹੜਾ ਉਹ ਰੋਕ ਲਿਆ ਜਾਵੇ ਸੋ लेट्स ਸੀ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ ਪਰ ਸਥਿਤੀ ਜਿਹੜੀ ਆ ਕੋਈ ਬਹੁਤੀ ਅਨਕੂਲ ਜਿਹੜੀ ਨਹੀਂ ਹੈਗੀ ਉਸ ਦੇ ਮੁਤਾਬਕ ਹੀ ਦੇਖ ਕੇ ਜਿਹੜੇ ਹੁਣ ਕਈ ਤਰੀਕੇ ਦੇ ਜਿਹੜੇ ਫੈਸਲੇ ਆ ਉਹ ਲਏ ਜਾ ਰਹੇ ਆ ਉਧਰ ਯੂ ਐਸ ਦੀਆਂ ਜਿਹੜੀਆਂ ਪੰਜ ਅਜੇਹੀਆਂ ਏਜੰਸੀਆਂ ਆ ਉਹ ਆਪਣੇ EMPLOYEES ਨੂੰ ਕਹਿਣਾ ਵੀ ਉਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਆ ਵੀ ਆਉਂਦੇ 8 ਹਫ਼ਤਿਆਂ ਦੇ ਵਿੱਚ ਤੁਹਾਨੂੰ ਕੋਵਿਡ ਵੈਕਸੀਨ ਦਾ ਜਿਹੜਾ ਸ਼ਾਟ ਆ ਉਹ ਲਗਾਇਆ ਜਾ ਸਕਦਾ ਆ ਅੱਜ ਫਾਈਜ਼ਰ ਜਿਹੜੀ ਜਰਮਨ ਫਾਰਮਾਸਿਊਟੀਕਲ ਕੰਪਨੀ ਬਾਇਓਐਂਡਟੈਕ ਦੇ ਨਾਲ ਬਣਾ ਕੇ ਜਿਨ੍ਹਾਂ ਨੇ ਵੈਕਸੀਨ ਕੀਤਾ ਹੈ ਤੇ ਇੱਕ ਮਡਰਨਾ ਉਹਨਾਂ ਨੇ ਅੱਜ FDA ਦੇ ਵਿੱਚ ਐਮਰਜੈਂਸੀ ਅਪਰੂਵਲ ਦੇ ਲਈ ਕਹਿੰਦੇ ਪੇਪਰਵਰਕ ਆ ਉਹ ਦਾਖਲ ਕਰਨਾ ਸੀਗਾ ਸੋ ਜੇ ਇਹ ਅਮਰਜੈਂਸੀ ਅਪਰੂਵਲ ਇਹਨਾਂ ਨੂੰ ਮਿਲ ਜਾਂਦਾ ਹੈ ਤੇ ਫਿਰ ਕਹਿੰਦੇ ਵੀ ਐਜ਼ ਲिटल ਐਜ਼ 8 ਵੀਕਸ ਵਿਦਨ 8 ਵੀਕਸ ਯਾਨੀ ਕਿ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਆਉਂਦੇ ਚੜ੍ਹਦੇ ਸਾਲ ਦੇ ਵਿੱਚ ਵੈਕਸੀਨ ਆਮ ਲੋਕਾਂ ਤੱਕ ਮਿਲਣੀ ਸ਼ੁਰੂ ਹੋ ਸਕਦੀ ਆ ਸੋ ਪਲਾਨ ਇਹੀ ਕਹਿੰਦੇ ਵੀ ਹੈਗਾ ਆ ਵੀ ਪਹਿਲੋਂ ਅਸੈਂਸ਼ੀਅਲ ਵਰਕਰਸ ਫਿਰ ਨਾਲ ਜਿਹੜੇ ਬਜ਼ੁਰਗ ਆ ਜਾਂ ਜਿਹੜੇ ਜਿਨ੍ਹਾਂ ਨੂੰ ਖਤਰਾ ਜਿਹੜਾ ਇਸ ਚੀਜ਼ ਤੋਂ ਜ਼ਿਆਦਾ ਆ ਉਹਨਾਂ ਨੂੰ ਪਹਿਲੇ ਫੇਜ਼ ਦੇ ਵਿੱਚ ਵੈਕਸੀਨ ਡਿਸਟ੍ਰੀਬਿਊਸ਼ਨ ਪਲਾਨ ਜਿਹੜਾ ਆ ਉਹ ਕੀਤਾ ਅੰਜਾਊਗਾ ਸੋ ਇਹ ਜਿਹੜਾ ਪਲਾਨ ਰਾਈਟ ਨਾਉ ਜਿਹੜਾ ਉਹ ਬਣ ਰਿਹਾ ਹੈਗਾ ਆ ਫਾਈਜ਼ਰ ਬਾਇਓਐਨਟੈਕ ਤੇ ਜਿਹੜੀ ਮਰਡਰ ਨਾ ਇਹਨਾਂ ਦੇ ਦੁਆਰਾ ਜਿਹੜੀ ਵੈਕਸੀਨ ਦੋ ਵੱਖ-ਵੱਖੀਆਂ ਵੈਕਸੀਨ ਜਿਹੜੀਆਂ ਆ ਉਹ ਚੱਲ ਰਹੀਆਂ ਹਨ ਹਾਲ ਦੀ ਘੜੀ ਕੋਈ ਵੀ ਵੈਕਸੀਨ ਐਫ ਡੀ ਐਨ ਇਹ ਆਥਰਾਇਜ਼ ਜਿਹੜੀ ਉਹ ਨਹੀਂ ਕੀਤੀ ਪਰ ਇਹਨਾਂ ਨੇ ਜਿਹੜਾ ਐਮਰਜੈਂਸੀ ਅਪਰੂਵਲ ਦੇ ਲਈ ਇਹਨਾਂ ਨੇ ਪੇਪਰ ਵਰਕ ਜਿਹੜਾ ਉਹ ਦਾਖਲ ਕਰਨਾ ਆ ਦੋਨੋਂ ਹੀ ਵੈਕਸੀਨ 95 ਫੀਸਦੀ ਪ੍ਰਭਾਵਸ਼ਾਲੀ ਜਿਹੜੀਆਂ ਹੋ ਰਹੀਆਂ ਨੇ ਜਿਹੜੇ 3rd ਫੇਸ ਦੇ ਜਿਹੜੇ ਟ੍ਰਾਇਲਸ ਆ ਉਹਨਾਂ ਦੇ ਵਿੱਚ ਅਗਲੀ ਖਬਰ ਜਿਹੜੀ ਹੈ ਕਨਾਸ਼ ਨੋਸ਼ਾ ਮਲਵਾਕੀ ਜਿਹੜਾ ਹੈਗਾ ਵਿਸਕਾਂਸਨ ਸਟੇਟ ਤੋਂ ਆ ਰਹੀ ਆ ਰੋਟੇ ਨੂੰ ਯਾਦ ਹੋਊਗਾ ਕਿ ਕੁਝ ਹਫ਼ਤੇ ਪਹਿਲਾਂ ਜਦੋਂ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਤੇ ਇੱਕ ਜਿਹੜਾ ਟੀਨੇਜ ਰਾ 17 ਸਾਲਾਂ ਦਾ ਕਾਇਲ ਰਿਟਨ ਹਾਊਸ ਉਸਨੇ ਜਿਹੜੀਆਂ ਗੋਲੀਆਂ ਮਾਰ ਕੇ ਦੋ ਲੋਕਾਂ ਨੂੰ ਜਿਹੜਾ ਮਾਰ ਦਿੱਤਾ ਸੀ ਸੋ ਇੱਕ ਦੀ ਏਜ ਜਿਹੜੀ ਸੀਗੀ ਉਹ 36 ਸਾਲਾਂ ਦੀ ਜੋਸੇਫ ਰੋਜ਼ਨਬੌਮ ਤੇ ਇੱਕ ਐਂਥਨੀ ਹੂਵਰ 26 ਸਾਲਾਂ ਦੇ ਸੀ ਉਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਹਦੇ ਉੱਤੇ ਜਿਹੜਾ ਫਸਟ ਡਿਗਰੀ ਇੰਟੈਂਸ਼ਨਲ ਹੋਮੋਸਾਈਡ ਫਸਟ ਡਿਗਰੀ ਰੈਕਲਸ ਹੋਮੋਸਾਈਡ ਅਟੈਂਟਡ ਫਸਟ ਡਿਗਰੀ ਇੰਟੈਂਸ਼ਨਲ ਹੋਮੋਸਾਈਡ ਦੇ ਚਾਰजेस ਲਾਏ ਸੀ ਤੇ ਅੱਜ ਉਸ ਨੇ 2 ਮਿਲੀਅਨ ਡਾਲਰ ਦੀ ਜਿਹੜੀ ਬੇਲ ਆ ਉਹ ਆਪਣੀ ਦੇ ਦਿੱਤੀ ਆ ਤੇ ਕੋਰਟ ਦੇ ਵਿੱਚ ਉਹਨੂੰ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਕੋਈ ਜਿੱਦਾਂ ਗਲਤੀ ਨਹੀਂ ਮੰਨੀ ਕਿਸੇ ਤਰ੍ਹਾਂ ਦੀ ਇਹ ਨਹੀਂ ਕਿਹਾ ਵੀ ਹਾਂ ਮੇਤੋਂ ਗਲਤੀ ਹੋਈ ਉਹ ਕਹਿੰਦਾ ਵੀ ਮੈਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਚਲਾਈਆਂ ਸੀ ਜੇ ਮੈਂ ਨਾ ਚਲਾਦਾ ਤੇ ਉਹਨਾਂ ਨੇ ਮੈਨੂੰ ਮਾਰ ਦੇਣਾ ਸੀ ਜੀ ਬਿਲਕੁਲ ਇਹੀ ਗੱਲ ਜਿਹੜੀ ਉਸ ਟਾਈਮ ਦੇ ਉੱਤੇ ਜਦੋਂ ਇਹ ਘਟਨਾ ਵਾਪਰੀ ਸੀ ਰਾਸ਼ਟਰਪਤੀ ਟਰੰਪ ਨੇ ਵੀ ਇਸ ਬੰਦੇ ਦੀ ਪ੍ਰੋਟਾ ਕਰਦੇ ਹੋਏ ਜਿਹੜਾ ਉਹ ਆਖਿਆ ਸੀ ਸੋ ਹੁਣ ਦੇਖਦੇ ਹਾਂ ਕੀ ਹੁੰਦਾ ਪਰ 2 ਮਿਲੀਅਨ ਦੀ ਜਿਹੜੀ ਬੇਲ ਉਹ ਕਰਾ ਕੇ ਇਸ ਟਾਈਮ ਹਿਰਾਸਤ ਚੋਂ ਬਾਹਰ ਹੈ ਗਿਆ ਆ ਅਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਸੀ ਕੱਲ ਕੋਈ ਰਿਪੋਰਟ ਆਏ ਵੀ ਦਾਵਾ ਕਰ ਰਹੀਆਂ ਸੀ ਕਿ ਜਿਹੜਾ 1200 ਡਾਲਰ ਦਾ ਇਸ ਨੂੰ ਚੈੱਕ ਮਿਲਿਆ ਸੀ ਉਸ ਦੇ ਨਾਲ ਹੀ ਜਿਹੜੀ ਇਸ ਨੇ ਇਹ ਬੰਦੂਕ ਵਗੈਰਾ ਖਰੀਦੀ ਸੀ ਉਦਾਂ ਦੱਸ ਦਈਏ ਵੀ ਬੰਦੂਕ ਇਸ ਦੇ ਕੋਲੋਂ ਇਸ ਲਈ ਗੈਰਕਾਨੂੰਨੀ ਆਖੀ ਜਾ ਰਹੀ ਸੀ ਕਿਉਂਕਿ ਇਹ ਉਸ ਉਮਰ ਦੇ ਨਹੀਂ ਸੀਗਾ ਅਡਲਟ ਨਹੀਂ ਸੀਗਾ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਇਹ ਇਹ ਬੰਦੂਕ ਜਿਹੜੀ ਆ ਉਹ ਲੈਣ ਦੇ ਵਿੱਚ ਕਾਮਯਾਬ ਰਿਹਾ ਸੀਗਾ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਿਹੜੀ ਜਿਹੜੀ ਨਾਓ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਅਜਿਹੀ ਪੁਆਇੰਟ ਹੀ ਹੈਗੀ ਆ ਜਿਹੜੀ ਬਾਈਡਨ ट्रांजिशन ਨੂੰ ਸਟਾਰਟ ਕਰ ਸਕਦੀ ਆ ਉਧਰ ਡੈਮੋਕ੍ਰੇਟ ਬੜੇ ਗੁੱਸੇ 'ਚ ਨੇ ਤੱਤੇ ਹੋ ਰਹੇ ਨੇ ਵੀ ट्रांजिशन ਨੂੰ ਕਿਉਂ ਨਹੀਂ ਜਿਹੜਾ ਉਹ ਚਾਲੂ ਕੀਤਾ ਜਾ ਰਿਹਾ ਪਰ ਕਹਿੰਦੇ ਵੀ ਉਹ ਇਸ ਟਾਈਮ ਬੀਬੀ ਕੋਈ ਬਹੁਤੀ ਕਾਲੀ ਦੇ ਵਿੱਚ ਜਿਹੜੀ ਉਹ ਨਵੀਂ ਨਜ਼ਰ ਆ ਰਹੀ ਆ ਸੋ ਇਹ ਇੰਦੇ ਆ ਵੀ ਦੇਖਦੇ ਆ ਵੀ ਕੀ ਇਸ ਦੇ ਵਿੱਚ ਬਣਦਾ ਹੈਗਾ ਆ ਐਮਲੀ ਮਰਫੀ ਜਿਹੜੀ ਉਹ ਦੱਸੀ ਜਾਂਦੀ ਆ ਜਨਰਲ ਸਰਵਿਸੇਜ਼ ਐਡਮਿਨਿਸਟ੍ਰੇਸ਼ਨ ਦੇ ਹੈਡ ਦੇ ਵਜੋਂ ਇਹਨਾਂ ਨੂੰ 2017 ਦੇ ਵਿੱਚ ਨਿਯੁਕਤ ਕੀਤਾ ਗਿਆ ਸੀਗਾ ਤੇ ਇਹੀ ਇੱਕ ਹਿੱਸਾ ਹੈਗਾ ਆ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕੀ ਇਸ ਨੂੰ ट्रांजिशन ਨੂੰ ਜਿਹੜਾ ਉਹ ਸ਼ੁਰੂ ਕਰਦਾ ਆ ਇਹਦੇ ਓਕੇ ਕਰਨ ਤੋਂ ਬਾਅਦ ਦੇ ਵਿੱਚ ਹੀ ट्रांजिशन ਇੱਕ ਸਾਫ ਦੇ ਨਾਲ ਸ਼ੁਰੂ ਹੋਊਗੀ ਪਰ ਆਪਾਂ ਜਿੱਦਾਂ ਦੇਖ ਹੀ ਰਹੇ ਆ ਮੇਰਾ ਰਾਸ਼ਪਤੀ ਟਰੰਪ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਆ ਕਾਨੂੰਨੀ ਦਾਪੇ ਚ ਜਿਹੜੇ ਉਹ ਚੱਲ ਰਹੇ ਨੇ ਤੇ ਉਹਨਾਂ ਦੇ ਉਹਨਾਂ ਦੇ ਫੈਸਲੇ ਆਉਣ ਤੋਂ ਬਾਅਦ ਦੇ ਵਿੱਚ ਸ਼ਾਇਦ ਇਹ ਟਰਾਂਜੀਸ਼ਨ ਆ ਉਹ ਸ਼ੁਰੂ ਹੋ ਸਕੇਗੀ ਜੀ ਅਗਲੀ ਖਬਰ ਇੱਕ ਵਾਰੀ ਫਿਰ ਟਰੱਕਾਂ ਵਾਲੇ ਹੁਣ ਨਿਊਜ਼ ਦੇ ਵਿੱਚ ਆਏ ਹੈਗੇ ਆ ਇੱਕ ਵਾਰੀ ਫਿਰ ਕੈਨੇਡਾ ਤੋਂ ਜਿਹੜਾ ਆ 2.8 ਮਿਲੀਅਨ ਡਾਲਰ ਦਾ ਮਰਵਾਣਾ ਜਿਹੜਾ ਆ ਇੱਕ ਪੰਜਾਬੀ ਟਰੱਕ ਡਰਾਈਵਰ ਜਿਹਦਾ ਨਾਮ ਬਰਿੰਦਰ ਸਿੰਘ ਦੱਸਿਆ ਬ੍ਰੈਂਪਟਨ ਤੋਂ ਕੰਟਰੀਆ ਤੋਂ ਟਰੱਕ ਲੈ ਕੇ ਜਿਹੜਾ ਯੂਐਸਏ ਨੂੰ ਆ ਰਿਹਾ ਸੀ ਜਦੋਂ ਯੂਐਸ ਹੋਮਲੈਂਡ ਸਕਿਉਰਿਟੀ ਵਾਲਿਆਂ ਨੇ ਉਹਨੂੰ ਜਿਹੜਾ ਆ ਬਾਰਡਰ ਦੇ ਉੱਤੇ ਜਦੋਂ ਚੈੱਕ ਕੀਤਾ ਤੇ ਕਹਿੰਦੇ ਵੀ ਉਹਦੇ ਟਰੱਕ ਦੇ ਵਿੱਚੋਂ ਇਹ ਸਾਰਾ ਜਿਹੜਾ ਆ ਇੰਨੇ 2.8 ਮਿਲੀਅਨ ਡਾਲਰ ਦਾ ਜਿਹੜਾ ਮਰਵਾਣਾ ਆ ਉਹ ਨਿਕਲਿਆ ਹੈਗਾ ਇਹ ਰੁਕੀ ਡਰਾਈਵਰ ਕਹਿੰਦਾ ਵੀ ਮਹੀਨਾ ਹੀ ਹੋਇਆ ਸੀ ਇਹਨੂੰ ਹਜੇ ਟਰੱਕਿੰਗ ਸ਼ੁਰੂ ਕੀਤੀ ਇਹਨੂੰ ਕਹਿੰਦਾ ਵੀ ਮੈਂ 6-7 ਜਿਹੜੇ ਪਹਿਲਾਂ ਲਾਏ ਹੈਗੇ ਆ ਕੈਨੇਡਾ ਤੋਂ ਲੈ ਕੇ ਯੂਐਸਏ ਤਾਈ ਪਰ ਉਸਨੇ ਜਿਹੜੀ ਆ ਇਹ ਡਿਨਾਈ ਕੀਤੀ ਕਹਿੰਦਾ ਵੀ ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਹਦੀ ਜਿਹੜੀ ਸੀਲ ਲੱਗੀ ਹੋਈ ਸੀ ਤੁਸੀਂ ਸੀਲ ਚੈੱਕ ਕਰ ਲਓ ਅ ਬਾਅਦ ਦੇ ਵਿੱਚ ਇਹ ਵੀ ਖਬਰਾਂ ਆ ਰਹੀਆਂ ਕਿ ਉਹ ਜਿਹੜੇ ਸੀਲ ਦੇ ਨੰਬਰ ਸੀ ਉਹ ਡਿਫਰੈਂਟ ਸੀ ਪਰ ਯੂ ਐਸ ਏ ਦੇ ਲਈ ਇਹ ਬਹੁਤ ਵੱਡੀ ਪ੍ਰੋਬਲਮ ਆ ਪਿਛਲੇ 20 ਸਾਲਾਂ ਤੋਂ ਕਹਿੰਦੇ ਪਈ ਯੂ ਐਸ ਏ ਦੇ ਵਿੱਚ ਜਿਹੜਾ ਮਰਵਾਣਾ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਤੋਂ ਜਿਹੜਾ ਯੂ ਐਸ ਏ ਨੂੰ ਆਦਾ ਟਰੱਕਾਂ ਦੇ ਰਾਹੀਂ ਵੀ ਅਨਫੋਰਚੂਨੇਟ ਪਾਰਟ ਇਹ ਆ ਵੀ ਇਹਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਆ ਅਰੈਸਟ ਹੋਏ ਹੈਗੇ ਆ ਕੋਸ਼ ਸਮਾਂ ਪਹਿਲਾਂ ਇੱਕ ਪ੍ਰਭਜੋਤ ਨਾਗਰਾ ਨਾਮ ਦਾ ਟਰੱਕ ਡਰਾਈਵਰ ਜਿਹੜਾ ਉਹ ਰੈਸਟ ਹੋਇਆ ਸੀ ਪੀ ਸਪ੍ਰੇਜ ਬਫਲੋ ਵਾਲੀ ਸਾਈਡ ਤੇ 20 ਮਿਲੀਅਨ ਡਾਲਰ ਵਰਸ ਦਾ ਉਹ ਮਰਵਾਨਾ ਸੀਗਾ ਤੇ ਉਹਨ ਵੀ ਉਦੋਂ ਇਹੀ ਗਿਆ ਸੀ ਵੀ ਮੇਰੀ ਜਿਹੜੀ ਸੀਲ ਲੱਗੀ ਹੋ ਸੀ ਮੈਨੂੰ ਤਾਂ ਪਤਾ ਨਹੀਂ ਉਹਦੇ ਵਿੱਚ ਕੀ ਸੀ ਮੈਂ ਤਾਂ ਟੋ ਕਰਕੇ ਜਿਹੜਾ ਆ ਟਰੱਕ ਜਿਹੜਾ ਉਹ ਲੈ ਕੇ ਆ ਰਿਆਂ ਸੀ ਹਮ ਆਈ ਥਿੰਕ ਉਹ ਕੇਸ ਸੀ ਐ ਇੱਕ ਹੋਰ ਕੇਸ ਸੀ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਛੱਡ ਦਿੱਤਾ ਗਿਆ ਸੀ ਆ ਵੀ ਬਿਲਕੁਲ ਉਹਨੇ ਜਿਹੜਾ ਕਹਿੰਦੇ ਆ ਵੀ ਠੀਕ kiya ਸੀ ਉਸ ਨੂੰ ਵਾਕਿਆ ਹੀ ਇਸ ਡਰਗ ਲਗਾਉਣ ਵਾਲੇ ਮਾਮਲੇ ਦੇ ਬਾਰੇ ਕੁਝ ਬਹੁਤਾ ਨਹੀਂ ਸੀ ਜਿਹੜਾ ਉਹ ਇਹ ਵੀ ਦੱਸਦੇ ਜਾਈਏ ਬਹੁਤ ਸਾਰੇ ਜਿਹੜੇ ਆਪਣੇ ਸਰੋਤਿਆਂ ਨੂੰ ਪਤਾ ਨਹੀਂ ਹੁਣ ਰਾਜਕਾਲ ਵੀ ਸੇ ਇਹ ਕਹਿੰਦੇ ਕੈਨੇਡਾ ਵਾਲਿਆਂ ਨੇ ਜਿਹੜਾ ਮਰਵਾਨਾ ਆ ਉਹ ਰੀਕ੍ਰੀਏਸ਼ਨਲ ਯੂਜ਼ ਦੇ ਲਈ 2018 ਦੇ ਵਿੱਚ ਲੀਗਲਾਈਜ਼ ਕਰਤਾ ਸੀ ਪਰ ਉਸ ਨੂੰ ਜਿਹੜਾ ਹੈਗਾ ਆ ਮੂਵ ਕਰਨਾ ਜਿਹੜਾ ਆ ਜਸ ਇਹ ਨਹੀਂ ਪਤਾ ਵੀ ਇੰਟਰਨੈਸ਼ਨਲ ਬਾਰਡਰ ਤੇ ਉਹ ਲੀਗਲ ਆ ਜਾਂ ਨਹੀਂ ਹੂੰ ਜੀ ਤੇ ਅਮਰੀਕਾ ਨੇ ਫੈਡਰਲ ਤੌਰ ਦੇ ਉੱਤੇ ਤਾਂ ਮਰਵਾੰਨਾਂ ਨੂੰ ਲੀਗਲ ਨਹੀਂ ਕੀਤਾ ਬਹੁਤ ਸਾਰੀਆਂ ਸਟੇਟਾਂ ਨੇ ਜਿਹੜਾ ਰੀਕ੍ਰੀਏਸ਼ਨਲ ਨੂੰ ਜਿਹੜਾ ਉਹ ਇਸ ਨੂੰ ਓਕੇ ਕੀਤਾ ਹੈਗਾ ਜਿਨਾਂ ਚ ਕੈਲੀਫੋਰਨੀਆ ਵੀ ਇੱਕ ਜਿਹੜੀ ਉਹ ਸੂਬਾ ਹੈਗਾ ਆ ਤੇ ਫੈਡਰਲ ਪੱਧਰ ਦੇ ਉੱਤੇ ਅਜੇ ਵੀ ਇਹ ਸਭ ਤੋਂ ਖਤਰਨਾਕ ਡਰਾਈਵਜ਼ ਦੇ ਵਿੱਚੋਂ ਹੀ ਇਹ ਗਿਣਿਆ ਜਾਂਦਾ ਆ ਤੇ ਯੂ ਐਸ ਨੇ ਤਾਂ ਇਹ ਵੀ ਕਿਹਾ ਸੀ ਵੀ ਜਦੋਂ ਕੈਨੇਡਾ ਦੇ ਵਿੱਚ ਲੀਗਲ ਕੀਤਾ ਗਿਆ ਸੀਗਾ ਵੀ ਜਿਹੜਾ ਕੋਈ ਉੱਥੇ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹੋਏ ਆਈਆਂ ਉਸਦੇ ਸਟਾਕ ਵੀ ਉਹਨੇ ਖਰੀਦੇ ਹੋਏ ਤੇ ਉਹਨਾਂ ਨੂੰ ਜਿਹੜਾ ਇੱਥੇ ਆਉਣ ਤੋਂ ਜਿਹੜਾ ਉਹ ਬੈਨ ਲਾਇਆ ਜਾ ਸਕਦਾ ਹੈਗਾ ਸੋ ਇਹ ਤਾਂ ਹੁਣ ਇਦਾਂ ਕਈਆਂ ਦੇ ਕਿਲੋਆਂ ਦੇ ਭਾਜ ਜਿਹੜਾ ਉਹ ਚੱਕੀ ਲਿਆਉਂਦਾ ਸੀਗਾ ਸੋ ਇਹ ਇਹ ਤੇ ਬੈਨ ਫਿਰ ਜਿਹੜਾ ਪੱਕਾ ਹੀ ਹੁਣ ਲੱਗੂ ਕੈਨੇਡਾ ਦੀ ਅਥਾਰਟੀ ਨੂੰ ਜਦੋਂ ਹੋਮਲੈਂਡ ਸਕਿਉਰਿਟੀ ਵਾਲੇ ਨੇ ਪੁੱਛਿਆ ਭਈ ਇਹ ਕੀ ਚੱਲ ਰਿਹਾ ਹੈਗਾ ਉਹ ਕਹਿੰਦੇ ਵੀ ਜੀ ਸਾਡੇ ਬੁਲਕ ਦੇ ਵਿੱਚ ਤਾਂ ਲੀਗਲ ਆ ਪਰ ਐਕਸਪੋਰਟ ਕਰਨਾ ਇਲਿਗਲ ਹੈਗਾ ਤੋ ਇਹ ਬੰਦਾ ਇਲੀਗਲੀ ਲਿਜਾ ਰਿਹਾ ਸੀ ਜੀ ਤੇ ਇਹ ਅਗਲੀ ਹੋਰ ਵਾਰ ਚਲਿਏ ਅੱਜ ਇੱਕ ਸ਼ੂਟਿੰਗ ਹੋਈ ਮੇਫੇਅਰ ਮਾਲ ਦੇ ਵਿੱਚ ਜਿੱਥੇ 8 ਲੋਕ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਮੇਫੇਅਰ ਮਾਲ ਬੋ ਵਾਟਸ ਵਟ ਵਰਤੂਸਾ ਕਰਕੇ ਜਿਹੜਾ ਇਹ ਟਾਊਨ ਹੈਗਾ ਆ ਇੱਥੇ ਜਿਹੜੀ ਸ਼ੂਟਿੰਗ ਹੋਈ ਹੈਗੀ ਆ ਲੱਕਲੀ ਕਿਸੇ ਨੂੰ ਜਿਹੜੀ ਫੀਡਰਲ ਸ਼ੂਟਿੰਗ ਨਹੀਂ ਹੋਈ ਬਚ ਗਏ ਪਰ ਅੱਜ ਕੱਲ ਦੇ ਦਿਨਾਂ ਦੇ ਵਿੱਚ ਜਿਹੜੀ ਸ਼ੂਟਿੰਗ ਹੋਣੀ ਹੈ ਬੜੀ ਮਾੜੀ ਹੈਗੀ ਆ ਕਿਉਂਕਿ ਬਹੁਤ ਸਾਰੇ ਲੋਕ ਮਾਲਸ ਵਗੈਰਾ ਵਿੱਚ ਵੀ ਜਾਂਦੇ ਆ इवन दो ਕਰੋਨਾ ਕਰਕੇ ਕਾਫੀ ਜਿਹੜਾ ਹੈਗਾ ਲੋਕ ਬਚਦੇ ਆ ਪਰ ਸਟਿਲ ਕਿਉਂਕਿ ਥੈਂਕਸ giving ਕ੍ਰਿਸਮਸ ਆ ਰਹੀਆਂ ਲੋਕ ਸ਼ਾਪਿੰਗ ਕਰਨ ਜਾਂਦੇ ਆ ਵੱਡੇ ਵੱਡੇ ਮਾਲਸ ਦੇ ਵਿੱਚ ਪਰ ਇਹ ਜਿਹੜੀ ਸ਼ੂਟਿੰਗ ਹੋਈ ਹੈਗੀ ਆ ਸੋ ਇਹ ਮਾੜੀ ਗੱਲ ਹੈ ਜੀ ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦਾ ਸਾਮਾ ਵੀ ਜਿਹੜਾ ਸਵਾਪਤਾ ਤੇ ਸਟਾਕ ਮਾਰਕੀਟ ਦੇ ਬਾਰੇ ਦੱਸਤੀ ਜਾਈਏ ਕੋਵਿਡ ਦੇ ਇਹ ਲਗਾਤਾਰ ਵਧ ਰਹੇ ਜਿਹੜੇ ਕੇਸਾਂ ਨੂੰ ਲੈ ਕੇ ਸਟਾਕ ਮਾਰਕੀਟ ਦੀ ਚਿੰਤਾ ਵੀ ਜਿਹੜੀ ਉਹ ਵਧੀ ਆ ਅੱਜ ਡਾਉ ਜੋਨਸ 1.5% ਜਿਹੜਾ ਉਸ ਦੇ ਵਿੱਚ ਗਿਰਾਵਟ ਦੇਖੀ ਗਈ 220.3263 ਦੇ ਉੱਤੇ ক্লোਜ਼ ਹੋਇਆ ਨਾਸਟੈਕ ਦੇ ਵਿੱਚ 50 ਪੁਆਇੰਟਾਂ ਦੀ ਗਿਰਾਵਟ ਹੋਈ ਹੈ 11855 ਤੇ ক্লোਜ਼ ਹੋਇਆ ਐਸ ਐਨ ਪੀ ਦੇ ਵਿੱਚ 24 ਪੁਆਇੰਟ ਡਿੱਗੇ 3558 ਦੇ ਉੱਤੇ ਇਹ ক্লোਜ਼ ਹੋਇਆ ਸੋਨੇ ਦੀ ਕੀਮਤ 1869 ਡਾਲਰ ਪ੍ਰਤੀ ਆਉਂਸ ਰਹੀ ਹੈ ਇੱਕ ਜੁਸ ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ 1 ਡਾਲਰ ਜਿਹੜਾ ਆ ਯੂ ਐਸ ਏ ਦਾ ਉਹ 1 ਡਾਲਰ 33 ਸੈਂਟ ਦੇ ਬਰਾਬਰ ਰਹੀ ਆ ਇੱਕ ਯੂ ਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ 16 ਪੈਸੇ ਦੇ ਬਰਾਬਰ ਰਹੀ ਆ ਜੀ ਤੇ ਇਥੇ ਸੜਾਈ ਦਾ ਪ੍ਰੋਗਰਾਮ ਸਮਾਪਤ ਹੁੰਦਾ ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਰਾਜਕੰਬੀਰ ਸਿੰਘ ਨਾਲ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਈ ਸਤਿ ਸ੍ਰੀ ਅਕਾਲ ਯੁਨੀਵਰਸ ਦੇ ਹਾਸੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਯੂ ਐਸ